हां जी ਤੁਹਾਡਾ ਸਾਰਿਆਂ ਦਾ ਇਸ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਜੇ ਅਜੇ ਨਹੀਂ ਤਾਂ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਰੂਰ ਕਰੋ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰੋ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਆਪਣਾ ਫਤੂਰੂ ਇੰਟਰਨੈਸ਼ਨਲ। ਤੁਸੀਂ ਇੱਕ ਨਾਮ ਸੁਣਿਆ ਹੋਵੇਗਾ AI ਟੈਕਨੋਲੋਜੀ ਜਿਹਨੂੰ ਆਪਾਂ ਕਹਿੰਦੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ। ਹੁਣ ਰੋਬੋਟ ਤਾਂ ਜਿਹੜੇ ਬਹੁਤ ਸਮਾਂ ਪਹਿਲਾਂ ਹੀ ਬਣ ਚੁੱਕੇ ਸਨ। ਪਰੰਤੂ ਰੋਬੋਟ ਦੇ ਵਿੱਚ ਜਿਹੜਾ ਦਿਮਾਗ ਸੀ ਉਹ ਜਿੰਨਾ ਤੇਜ਼ ਨਹੀਂ ਸੀ। ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਆਉਣ ਦੇ ਨਾਲ ਕੀ ਹੋਇਆ ਕਿ ਦਿਮਾਗ ਜਿਹੜਾ ਹੈ ਜੀ ਬਹੁਤ ਜ਼ਿਆਦਾ ਇਹਨਾਂ ਮਸ਼ੀਨਾਂ ਦਾ ਤੇਜ਼ ਹੋ ਚੁੱਕਾ ਹੈ ਹੁਣ ਭੁਚਾਲ ਤੁਹਾਨੂੰ ਪਤਾ ਹੈ ਕਿ ਭੁਚਾਲ ਦੇ ਬਾਰੇ ਕੋਈ ਵੀ ਜਿਹੜੀ ਵਿਖਵਾਨੀ ਨਹੀਂ ਕੀਤੀ ਜਾ ਸਕਦੀ ਅਜੇ ਤੱਕ ਸਾਇੰਸ ਜਿਹੜੀ ਹੈ ਜੀ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਬਣਾ ਸਕੀ ਜਿਹੜੀ ਕਿ ਭੁਚਾਲ ਦੇ ਬਾਰੇ ਦੱਸ ਸਕੇ ਕਿ ਫਲਾਨੀ ਜਗ੍ਹਾ ਦੇ ਉੱਤੇ ਭੁਚਾਲ ਆਉਣ ਵਾਲਾ ਹੈ ਵਿਗਿਆਨੀ ਕਾਫੀ ਜਿਹੜੀ ਕੋਸ਼ਿਸ਼ ਕਰ ਰਹੇ ਹਨ ਪਰੰਤੂ ਚਾਈਨਾ ਦੇ ਵਿੱਚ ਕੀ ਹੋਇਆ ਕਿ AI ਟੈਕਨੋਲੋਜੀ ਦੀ ਵਜ੍ਹਾ ਦੇ ਨਾਲ ਇਹ ਪਿਛਲੇ ਕੁਝ ਲੰਬੇ ਸਮੇਂ ਤੋਂ ਰਿਸਰਚ ਕਰ ਰਹੇ ਸਨ ਜਿਹੜੀ ਰਿਸਰਚ ਕੀਤੀ ਜਾ ਰਹੀ ਸੀ ਉਹ ਸਿਰਫ ਪੁਚਾਲਾਂ ਦੇ ਉੱਪਰ ਹੀ ਸੀ ਕਿ AI ਟੈਕਨੋਲੋਜੀ ਜਿਹੜੀ ਹੈ ਜੀ ਪੁਚਾਲ ਦਾ ਪਤਾ ਲਾ ਸਕਦੀ ਹੈ ਜਾਂ ਨਹੀਂ ਲਾ ਸਕਦੀ ਤੇ ਤੇ ਵਿੱਚ ਇਹ ਦੱਸਦੀ ਹੈ ਕਿ ਤਕਰੀਬਨ 6-7 ਵਾਰ ਇਹ ਅਜਿਹਾ ਕੰਮ ਹੋਇਆ ਹੈ ਜਿਹਦੇ ਵਿੱਚ AI ਦੇ ਵੱਲੋਂ ਜਿਹੜੀ ਰਿਸਰਚ ਕੀਤੀ ਗਈ ਜਿਹੜਾ ਡਾਟਾ ਇਕੱਠਾ ਕੀਤਾ ਗਿਆ ਜਿੰਨੀ-ਜਿੰਨੀ ਵਾਰ ਉਹਨਾਂ ਦੇ ਵੱਲੋਂ ਕਿਹਾ ਗਿਆ 19 ਵਾਰ ਹੀ ਜਿਹੜਾ ਪੁਚਾਲ ਆਇਆ ਹੈ ਤਕਰੀਬਨ ਜਿਸ ਜਗ੍ਹਾ ਦੇ ਉੱਤੇ ਡਾਟਾ ਇਕੱਠਾ ਕੀਤਾ ਗਿਆ ਸੀ ਉਸ ਤੋਂ 250-300 ਕਿਲੋਮੀਟਰ ਦਾ ਜਿਹੜਾ ਏਰੀਆ ਸੀ ਉਹਦੇ ਵਿੱਚ ਇਸ ਨੇ ਜਿਹੜਾ ਬਿਲਕੁਲ ਸਹੀ ਅਨੁਮਾਨ ਲਾਇਆ ਇੱਥੇ ਵੀ ਦੱਸ ਜੀ ਕਿ ਇੱਕ ਜਗ੍ਹਾ ਜਿਹੜੀ ਇਸ ਨੇ ਗਲਤੀ ਵੀ ਕੀਤੀ ਹੈ ਹੁਣ ਵਿਗਿਆਨੀ ਜਿਹੜੇ ਇਹਦੇ ਨਤੀਜੇ ਤੋਂ ਕਾਫੀ ਖੁਸ਼ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜਿਹੜੀ ਟੈਕਨੀਕ ਹੈ ਬਹੁਤ ਜ਼ਿਆਦਾ ਕਾਮਯਾਬ ਹੋ ਜਾਵੇ ਤੇ ਜਿੱਥੇ ਵੀ ਕਿਤੇ ਕੋਈ ਪੁਚਾਲ ਦੀ ਕੋਈ ਅਸ਼ੰਕਾ ਹੋਵੇ ਤੇ ਇਹ ਮਸ਼ੀਨਾਂ ਸ਼ਾਇਦ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਪਹਿਲਾਂ ਹੀ ਦੱਸ ਦੇਣ ਅਗਲੀ ਖਬਰ ਇਟਲੀ ਦੇ ਨਾਲ ਸਬੰਧਤ ਹੈ ਇਟਲੀ ਦੇ ਵਿੱਚ ਜਿਹੜਾ ਸ਼ਹਿਰ ਹੈ ਇੱਥੋਂ ਦਾ ਮਿਲਾਨ ਇਦੇ ਵਿੱਚ ਲਗਾਤਾਰ ਜਿਹੜੀਆਂ ਘਟਨਾਵਾਂ ਹੋ ਰਹੀਆਂ ਹਨ ਹੁਣ ਇੱਕ ਤਕਰੀਬਨ ਇੱਕ ਨਵੀਂ ਘਟਨਾ ਹੋਈ ਹੈ ਤੁਸੀਂ ਦੇਖਿਓਗੇ ਕਿ ਮਲਾਹਨ ਦੇ ਵਿੱਚ ਏਟੀਐਮ ਦੀਆਂ ਜਿਹੜੀਆਂ ਬੱਸਾਂ ਚੱਲਦੀਆਂ ਹਨ ਇੱਕ ਪੈਦਲ ਚੱਲ ਰਿਆ ਸੀ ਆਦਮੀ ਜਿਸ ਦੀ ਉਮਰ 48 ਸਾਲ ਦੀ ਸੀ ਤੇ ਤੁਸੀਂ ਸੜਕਾਂ ਦੇ ਉੱਤੇ ਦੇਖਿਆ ਹੋਵੇਗਾ ਕਿ ਕਈ ਵਾਰ ਜਿਹੜੇ ਸਤਰੀਸ਼ ਬੈਂਕੇ ਹੁੰਦੇ ਹਨ ਇੱਕ ਲਾਈਨਾਂ ਲੱਗੀਆਂ ਹੁੰਦੀਆਂ ਜਿਹਦੇ ਉੱਤੋਂ ਕੀ ਹੁੰਦਾ ਹੈ ਕਿ ਤੁਸੀਂ ਜਦੋਂ ਸੜਕ ਨੂੰ ਪਾਰ ਕਰਨਾ ਹੁੰਦਾ ਹੈ ਤੁਸੀਂ ਉਹਨਾਂ ਲਾਈਨਾਂ ਦੇ ਉੱਪਰ ਦੀ ਲੰਘਦੇ ਹੋ ਤੇ ਕਈ ਵਾਰ ਤੁਸੀਂ ਬੜੇ ਹੀ ਆਪਣੇ ਮਜ਼ੇ ਦੇ ਨਾਲ ਲੰਘਦੇ ਹੋ ਤਾਨੂੰ ਇਹ ਲੱਗਦਾ ਹੈ ਕਿ ਫਰਾਨੀ ਜਿਹੜੀ ਸਾਹਮਣੋਂ ਗੱਡੀ ਆ ਰਹੀ ਹੈ ਉਹ ਗੱਡੀ ਬ੍ਰੇਕ ਲਾਏਗੀ ਉਸ ਦੀ ਜ਼ਿੰਮੇਵਾਰੀ ਹੈ ਨਹੀਂ ਤਾਂ ਉਸ ਨੂੰ ਮੂਲਤਾ ਹੋ ਸਕਦਾ ਹੈ ਹਰ ਬੰਦਾ ਜਦੋਂ ਸੜਕ ਨੂੰ ਪਾਰ ਕਰਦਾ ਹੈ ਤਾਂ ਬੜੇ ਹੱਕ ਦੇ ਨਾਲ ਪਾਰ ਕਰਦਾ ਹੈ ਇਸੇ ਤਰ੍ਹਾਂ ਹੀ ਇਹੜਾ ਸ਼ਖਸੀ 48 ਸਾਲ ਦਾ ਉਸ ਸਤਰੀਸ਼ ਜਿਹੜੇ ਸਨ ਸਤਰੀਸ਼ੋਂ ਬਿਆੰਕ ਉਹਨਾਂ ਦੇ ਉੱਪਰ ਚੱਲ ਰਿਆ ਸੀ ਦੂਜੇ ਪਾਸੇ ਇਸ ਨੇ ਲੰਘਣਾ ਸੀ ਤੇ ਇਸ ਦੇ ਨਾਲ ਇਸ ਦਾ ਕੁੱਤਾ ਵੀ ਸੀ ਇਸ 48 ਸਾਲਾ ਸ਼ਖਸ ਦਾ ਨਾਮ ਫਾਬਿਓ ਬੂਫੂ ਸੀ ਜਿਸ ਨੂੰ ਕਿ ਜਿਹੜੀ ਏਟੀਐਮ ਦੀ ਬੱਸ ਹੈ ਜੀ ਆਪਣੇ ਥੱਲੇ ਲੈ ਲੈਂਦੀ ਹੈ ਇਹ ਘਟਨਾ ਹੋਈ ਹੈ ਬਿਆਲੇ ਫੋਰਲਾ ਨੀਨੀ ਦੇ ਵਿੱਚ ਜਿੱਥੇ ਇੱਕ ਐਂਗਲ ਬਣਦਾ ਹੈ ਬਲੂਜ਼ੀਓ ਦੀ ਤਰਫ ਇਹ ਘਟਨਾ ਕੱਲ ਐਤਵਾਰ 9:30 ਵਜੇ ਦੇ ਕਰੀਬ ਸਵੇਰੇ ਹੋਈ ਹੈ ਇੱਥੇ ਤੁਹਾਨੂੰ ਵੀ ਦੱਸ ਦਈਏ ਕਿ ਮਲਾਂ ਦੇ ਵਿੱਚ ਤਕਰੀਬਨ 11 ਜਿਹੜੇ ਪੈਦਲ ਚੱਲਣ ਵਾਲੇ ਲੋਕ ਹਨ ਇਸੇ ਤਰ੍ਹਾਂ ਹੀ ਇਹਨਾਂ ਦੀ ਜਾਨ ਜਾ ਚੁੱਕੀ ਹੈ ਇਹਨਾਂ ਦੇ ਵਿੱਚ ਸਾਈਕਲ ਸਵਾਰ ਵੀ ਸਨ ਤਕਰੀਬਨ ਜਿਹੜੇ 11 ਜਿਹੜੇ ਪੈਦਲ ਚੱਲ ਰਹੇ ਸਨ ਲੋਕ ਸਨ ਉਹ ਸਨ ਤੇ ਕੁਝ ਲੋਕ ਜਿਹੜੇ ਮੋਨੋਪਾਟੀਨੀ ਦੇ ਉੱਤੇ ਸਨ ਤੇ ਕੁਝ ਲੋਕ ਜਿਹੜੇ ਮੋਟਰੋਚੀ ਚਲੀਸਤੇ ਹੁੰਦੇ ਨੇ ਉਸ ਸਾਲ ਇਸ ਤਰ੍ਹਾਂ तकरीबन 26 ਲੋਕਾਂ ਦੀ ਜਾਨ ਜਿਹੜੀ ਮਿਲਾਨ ਦੇ ਵਿੱਚ ਸਿਰਫ ਐਕਸੀਡੈਂਟਾਂ ਦੇ ਵਿੱਚ ਜਾ ਚੁੱਕੀ ਹੈ ਇਸ ਸਾਲ ਦੇ ਵਿੱਚ ਇਜ਼ਰਾਈਲ ਦੀ ਜਿਹੜੀ ਲੜਾਈ ਹੈ ਜੀ ਇਸ ਟਾਈਮ ਵੱਧਦੀ ਚੱਲੀ ਹੈ ਦੁਨੀਆ ਦੇ ਵਿੱਚ ਕਿਸੇ ਵੀ ਪਾਸੇ ਜਿਹੜੀ ਸ਼ਾਂਤੀ ਨਹੀਂ ਦਿਖਾਈ ਦੇ ਰਹੀ ਇਜ਼ਰਾਈਲ ਦੇ ਵਿੱਚ ਜਿਹੜੀ ਗਵੈਰਾ ਇਹਦੇ ਵਿੱਚ ਹੁਣ ਤੱਕ ਦੱਸਿਆ ਗਿਆ ਕਿ 700 ਤੋਂ ਜ਼ਿਆਦਾ ਜਿਹੜੇ ਇਜ਼ਰਾਈਲ ਦੇ ਲੋਕ ਹਨ ਇਹਨਾਂ ਦੀ ਡੈਥ ਹੋ ਚੁੱਕੀ ਹੈ ਦੂਜੇ ਪਾਸੇ 413 ਜਿਹੜੇ ਫਿਲਿਸਤੀਨ ਦੇ ਲੋਕ ਹਨ ਉਨੋਂ ਦੀ ਡੈਥ ਇਹਨਾਂ ਦੇ ਵਿੱਚ ਹੋ ਚੁੱਕੀ ਹੈ ਗੱਲ ਕਰ ਲਈਏ ਮੌਸਮ ਦੀ ਤਾਂ ਇਸ ਤੋਂ ਅਕਤੂਬਰ ਵੀ ਦੇ ਤੂੰ ਹੀ ਦੇਖ ਸਕਦੇ ਹੋ ਕਿ ਤਕਰੀਬਨ ਅਕਤੂਬਰ ਦਾ ਵੀ ਜਿਹੜਾ 30 ਹਿੱਸਾ ਹੈ ਜੀ ਲਗਭਗ ਜਿਹੜਾ ਖਤਮ ਹੋ ਚੁੱਕਾ ਹੈ ਤੇ ਫਿਲਹਾਲ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੀ ਗਰਮੀਆਂ ਦਾ ਮੌਸਮ ਹੋਵੇ ਕਈ ਲੋਕ ਤੁਸੀਂ ਅੱਜ ਵੀ ਸੜਕਾਂ ਦੇ ਉੱਤੇ ਦੇਖੋਗੇ ਕਿ ਛਤਰੀਆਂ ਲੈ ਕੇ ਘੁੰਮਦੇ ਹਨ ਇਹ ਇੱਕ ਕੁਦਰਤ ਦਾ ਜਿੱਦਾਂ ਦੱਸਿਆ ਗਿਆ ਹੈ ਕਿ ਬਹੁਤ ਜਿਹੜਾ ਇਸ ਹਾਲਾ ਬਿਲਕੁਲ ਠੀਕ ਨਹੀਂ ਹੈ ਕੁਦਰਤ ਦੀ ਕਰੋਪੀ ਹੈ ਜੇ ਅਕਤੂਬਰ ਦੇ ਵਿੱਚ ਆ ਹਾਲ ਹੈ ਤੇ ਜਨਵਰੀ ਵਿੱਚ ਕਿੰਨੀ ਠੰਡ ਹੋ ਸਕਦੀ ਹੈ ਹੋਣੀ ਦੇਖਣਾ ਪਵੇਗਾ ਬਾਕੀ ਅਰ ਗਰਮੀਆਂ ਦੀ ਅਡੀਕ ਕਰੀਏ ਤਾਂ ਮਈ ਜੂਨ ਜਿਹੜੇ ਅਗਲੇ ਮਹੀਨੇ ਦੇ ਅਗਲੇ ਸਾਲ ਦੇ ਵਿਚਾਰੇ ਹਨ ਉਹਦੇ ਵਿੱਚ ਹੁਣ ਕੀ ਬਣੇਗਾ ਗਰਮੀਆਂ ਦੇ ਵਿੱਚ ਇਹਦੇ ਬਾਰੇ ਜਿਹੜੇ ਸਾਰੇ ਹੀ ਜਿਹੜੇ ਵਿਗਿਆਨੀ ਇਸ ਟਾਈਮ ਬਹੁਤ ਚਿੰਤਾ ਕਰ ਰਹੇ ਹਨ ਕਿਉਂਕਿ ਜਿਹੜੀ ਚੀਜ਼ ਇਸ ਟਾਈਮ ਹੋਣੀ ਚਾਹੀਦੀ ਹੈ ਉਹ ਚੀਜ਼ ਉਸ ਟਾਈਮ ਨਹੀਂ ਹੋ ਰਹੀ ਬਾਕੀ ਤੁਹਾਨੂੰ ਇੱਥੇ ਵੀ ਦੱਸ ਜੀ ਕਿ ਜਿਹੜਾ ਹਮਾਸ ਦਾ ਹਮਲਾ ਹੋ ਰਿਹਾ ਇਜ਼ਰਾਈਲ ਦੇ ਉੱਤੇ ਇਜ਼ਰਾਈਲ ਦੇ ਵਿੱਚ ਵੀ ਤਕਰੀਬਨ ਜਿਹੜੇ 10 ਨੇਪਾਲੀ ਲੋਕ ਰਹਿ ਰਹੇ ਸਨ ਸਟੂਡੈਂਟਸ ਹਨ ਉੱਥੇ ਉਹਨਾਂ ਦੀ ਮੌਤ ਹੋਈ ਹੈ ਤੇ 11 ਲਾਪਤਾ ਹੋਈ ਹੈ ਇਹ ਚੇਤਨ ਇਹ ਵੀ ਦੱਸ ਜੀ ਕਿ ਇਜ਼ਰਾਈਲ ਦੇ ਵਿੱਚ ਤਕਰੀਬਨ 6000 ਤੋਂ ਜ਼ਿਆਦਾ ਜੜੀਆਂ ਨਰਸਾਂ ਵੀ ਹਨ ਜਿਹੜੀਆਂ ਕਿ ਇੰਡੀਅਨ ਨਰਸਾਂ ਹਨ ਇੰਡੀਆ ਤੋਂ ਜੜੀਆਂ ਕੁੜੀਆਂ ਉੱਥੇ ਨਰਸਿੰਗ ਉਹਦੇ ਵਾਸਤੇ ਗਈਆਂ ਹੋਈਆਂ ਹਨ ਅਗਲੀ ਖਬਰ ਜਿਹੜੀ ਗੈਸ ਦੇ ਸਿਲੰਡਰ ਦੇ ਨਾਲ ਸੰਬੰਧਿਤ ਹੈ ਹੁਣ ਗੈਸ ਦਾ ਸਿਲੰਡਰ ਜਿਹੜਾ ਹੈ ਜੀ ਚਾਹੇ ਉਹ ਘਰ ਦੇ ਵਿੱਚ ਪਿਆ ਹੋਵੇ ਜਾਂ ਕਿਸੇ ਗੱਡੀ ਦੇ ਵਿੱਚ ਪਿਆ ਹੋਵੇ ਮਤਲਬ ਕਿ ਘਰ ਦੇ ਵਿੱਚ ਕਈ ਵਾਰ ਲੋਕੀ ਕਾ ਦਿਨ ਕੀ ਸਸਤਾ ਹੋਣ ਦੇ ਕਾਰਨ ਜਿੱਦਾਂ ਕਿ ਲੋਕ ਗੱਡੀਆਂ ਵਗੈਰਾ ਵੀ ਚਲਾਉਂਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਜੀਪੀਐਲ ਜਾਂ ਮੈਥਾਨੋ ਜਿਹੜੀ ਹੈ ਕਾਫੀ ਪੈਟਰੋਲ ਦੇ ਨਾਲੋਂ ਸਸਤੀ ਪੈਂਦੀ ਹੈ। ਇਹਦੇ ਵਿੱਚ ਕੋਈ ਵੀ ਖਤਰਾ ਨਹੀਂ ਲੋਕਾਂ ਨੂੰ ਇੰਜ ਲੱਗਦਾ ਹੈ। ਪਰੰਤੂ ਇੱਥੇ ਇੱਕ ਚੀਜ਼ ਸਮਝਣੀ ਜ਼ਰੂਰੀ ਹੈ ਕਿ ਜਿਹੜਾ ਸਿਲੰਡਰ ਜਿਹੜੀ ਗੈਸ ਹੁੰਦੀ ਹੈ ਜੀ ਗੈਸ ਹੀ ਹੁੰਦੀ ਹੈ। ਇਸੇ ਤਰ੍ਹਾਂ ਇੱਕ ਘਟਨਾ ਹੋਈ ਹੈ ਜਿਹਦੇ ਵਿੱਚ ਇੱਕ ਗੈਸ ਦਾ ਸਿਲੰਡਰ ਜਿਹੜਾ ਸੀ ਲੀਕ ਹੋ ਰਿਹਾ ਸੀ। ਕਿਉਂਕਿ ਗੈਸ ਦਾ ਸਿਲੰਡਰ ਉਦੋਂ ਹੀ ਖਤਰਨਾਕ ਹੁੰਦਾ ਜਦੋਂ ਉਸ ਵਿੱਚ ਲੀਕੇਜ ਜਿਹੜੀ ਸ਼ੁਰੂ ਹੋ ਜਾਂਦੀ ਹੈ। ਜਦੋਂ ਇਹ ਘਰ ਦੇ ਵਿੱਚ ਲੀਕ ਹੋ ਰਿਹਾ ਸੀ ਤਾਂ ਘਰ ਦੇ ਵਿੱਚ ਜਿਹੜੀਆਂ ਤਾਕੀਆਂ ਬੂਹੇ ਬਿਲਕੁਲ ਬੰਦ ਸਨ ਜਿੱਦੀ وجہ ਦੇ ਨਾਲ ਜਿਹੜੀ ਗੈਸ ਘਰ ਦੇ ਵਿੱਚ ਇਕੱਠੀ ਹੋ ਗਈ ਤ ਉਸ ਤੋਂ ਬਾਅਦ ਸਿਲੰਡਰ ਦੇ ਵਿੱਚ ਜਿਹੜਾ ਬਲਾਸਟ ਵੀ ਹੋ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਅੱਗ ਲੱਗਦੀ ਹੈ ਇਸ ਦਰਦਨਾਕ ਹਾਦਸੇ ਜਿਹੜਾ ਹੋਇਆ ਹੈ ਇਹਦੇ ਵਿੱਚ ਪਰਿਵਾਰ ਦੇ 6 ਮੈਂਬਰ ਜਿਹੜੇ ਬਿਲਕੁਲ ਚੰਗੀ ਤਰ੍ਹਾਂ ਦੇ ਨਾਲ ਚੁੱਲ ਚੁਕੇ ਹਨ ਜਿਨ੍ਹਾਂ ਦੇ ਵਿੱਚੋਂ 5 ਦੀ ਡੈਥ ਵੀ ਹੋ ਚੁੱਕੀ ਹੈ ਇਹਨਾਂ ਦੇ ਵਿੱਚੋਂ 3 ਤਾਂ ਛੋਟੇ ਬੱਚੇ ਸਨ ਜਿਹੜੀ ਘਟਨਾ ਸੰਬੰਧਤ ਹੈ ਜੀ ਪੰਜਾਬ ਦੇ ਨਾਲ ਅਵਤਾਰਨਗਰ ਇੱਕ ਲੱਗਾ ਪੈਂਦਾ ਹੈ ਜਿਲੰਦਰ ਦੇ ਵਿੱਚ ਪੈਂਦਾ ਹੈ ਬਾਕੀ ਗੱਲ ਕਰ ਲਈ ਇਟਲੀ ਦੇ ਨਾਲ ਸੰਬੰਧਿਤ ਬਹੁਤੇ ਵੀ ਜਿਹੜੇ ਇੰਸ਼ੋਰੈਂਸ ਕਰਾਉਂਦੇ ਹਨ ਤਾਂ ਇਹ ਇੱਕ ਸਵਾਲ ਹੁੰਦਾ ਹੈ ਕਿ ਜੇ ਕਿਸੇ ਵੀਰ ਨੇ ਅਜੇ ਤੱਕ ਜਿਹੜਾ ਇੰਸ਼ੋਰੈਂਸ ਗੱਡੀ ਲੈ ਲਈ ਹੈ ਤੇ ਇੰਸ਼ੋਰੈਂਸ ਅਜੇ ਤੱਕ ਉਸਨੇ ਨਹੀਂ ਕਰਾਇਆ ਮਤਲਬ ਗੱਡੀ ਲੈ ਲਈ ਹੈ ਉਸਨੇ ਕਾਰ ਲੈ ਲਈ ਹੈ ਤੇ ਪੈਸੀ ਵਗੈਰਾ ਜਿਹੜੀ ਕਾਰ ਦੇ ਦੇ ਦਿੱਤੇ ਹਨ ਕਾਰ ਆਪਣੇ ਨਾਮ ਤੇ ਉਸ ਤੇ ਹੋ ਚੁੱਕੀ ਹੈ ਪਰੰਤੂ ਲਾਇਸੈਂਸ ਜਿਹੜਾ ਹੈ ਜਿਉਂ ਨਹੀਂ ਕੀਤਾ ਤੇ ਉਸ ਤੋਂ ਬਾਅਦ ਕੀ ਸਿਚੁਏਸ਼ਨ ਬਣ ਸਕਦੀ ਹੈ ਕਿਉਂ ਜਿਹੜੀ ਸਿਕਰੇਸੋਨੀ ਹੈ ਜਿਸ ਨੂੰ ਆਪਾਂ ਇੰਸ਼ੋਰੈਂਸ ਵੀ ਕਹਿੰਦੇ ਹਾਂ ਕਿਉਂ ਬੰਦਾ ਜਿਹੜੀ ਇੰਸ਼ੋਰੈਂਸ ਆਪਣੇ ਨਾਮ ਤੇ ਕਰਵਾ ਸਕਦਾ ਹੈ ਜਾਂ ਨਹੀਂ ਤਾਂ ਇੱਥੇ ਦੱਸੀਏ ਕਿ ਜਿਹੜੀ ਇੰਸ਼ੋਰੈਂਸ ਹੈ ਜੀ ਉਸ ਬੰਦੇ ਦੇ ਨਾਮ ਤੇ ਹੋ ਸਕਦੀ ਹੈ। ਕੋਈ ਚੱਕਰ ਨਹੀਂ ਇਹਦੇ ਵਿੱਚ ਜੇ ਤੁਹਾਡੇ ਕੋਲ ਫੋਲੀਓ ਰੋਜ਼ਾ ਹੈ ਜਿਹੜਾ ਉਸ ਦਾ ਇੱਕ ਨੰਬਰ ਹੁੰਦਾ ਹੈ ਉਹ ਚੱਲ ਜਾਂਦਾ ਹੈ। ਤੁਸੀਂ ਇੰਸ਼ੋਰੈਂਸ ਵਗੈਰਾ ਕਰਵਾ ਸਕਦੇ ਹੋ ਕੋਈ ਦਿੱਕਤ ਨਹੀਂ ਹੈ। ਬਾਕੀ ਇੰਸ਼ੋਰੈਂਸ ਕਰਾਉਣ ਦੇ ਟਾਈਮ ਜਿਹੜਾ ਇੱਕ ਚੀਜ਼ ਦਾ ਜ਼ਰੂਰ ਤੁਸੀਂ ਖਿਆਲ ਰੱਖਣਾ ਹੈ। ਤੁਸੀਂ ਇੱਕ ਦੇ ਉੱਤੇ ਹੀ ਜਿਹੜਾ ਹੈ ਬਿਲਕੁਲ ਭਰੋਸਾ ਨਹੀਂ ਕਰਨਾ। ਤੁਸੀਂ ਆਨਲਾਈਨ ਵੀ ਪ੍ਰਵੰਤੀਪੋ ਜਿਹੜਾ ਹੈ ਬਣਾਵੋ। ਵੱਖ-ਵੱਖ ਕੰਪਨੀਆਂ ਦਾ ਪ੍ਰਵੰਤੀਪੋ ਬਣਾਵੋ ਜੇ ਤੁਸੀਂ ਕਿਸੇ ਏਜੰਸੀ ਵਿੱਚ ਜਾ ਸਕਦੇ ਹੋ। ਤੇ ਕਿਸੇ ਏਜੰਸੀ ਦੇ ਵਿੱਚ ਵੀ ਜਾ ਕੇ ਫਿਜ਼ੀਕਲ ਤੌਰ ਤੇ ਉਹਨਾਂ ਦੇ ਨਾਲ ਗੱਲਬਾਤ ਕਰੋ ਤੇ ਉਹਨੂੰ ਆਪਣਾ ਡਾਟਾ ਦਿਵੋ ਕਿਉਂਕਿ ਇਟਲੀ ਦੇ ਵਿੱਚ ਇਸੇ ਤਰ੍ਹਾਂ ਚੱਲਦਾ ਹੈ ਕਿ ਅਲੱਗ-ਅਲੱਗ ਕੰਪਨੀਆਂ ਨੇ ਤੇ ਅਲੱਗ-ਅਲੱਗ ਰੇਟ ਹਨ ਬਾਕੀ ਇਟਲੀ ਦੇ ਵਿੱਚ ਇੱਕ ਚੀਜ਼ ਜ਼ਰੂਰ ਹੈ ਕਿ ਜਿਹੜੀ ਪਹਿਲੀ ਇੰਸ਼ੋਰੈਂਸ ਹੁੰਦੀ ਹੈ ਜਦੋਂ ਤੁਸੀਂ ਲਾਇਸੈਂਸ ਕਰਦੇ ਹੋ ਜਾਂ ਨਵੀਂ ਗੱਡੀ ਲੈਂਦੇ ਹੋ ਜਾਂ ਪੁਰਾਣੀ ਲੈਂਦੇ ਹੋ ਜਿਹੜੀ ਤਕਰੀਬਨ ਪਹਿਲੀ ਇੰਸ਼ੋਰੈਂਸ ਹੁੰਦੀ ਹੈ ਉਹਦੇ ਪੈਸੇ ਤਕਰੀਬਨ ਤੁਹਾਨੂੰ ਜ਼ਿਆਦਾ ਹੀ ਪੇ ਕਰਨੇ ਪੈਂਦੇ ਹਨ ਕਿਉਂਕਿ ਇੱਥੇ ਇੱਕ ਮੈਰਿਟ ਦਾ ਚੱਕਰ ਬਣਦਾ ਹੈ ਕਲਾਸ ਯੂਨੀਵਰਸਲ ਹੈ ਹੌਲੀ-ਹੌਲੀ ਜਿੱਦਾਂ ਜਿੱਦਾਂ ਤੁਹਾਡਾ ਜਿਹੜਾ ਸਮਾਂ ਬੀਤਦਾ ਜਾਂਦਾ ਹੈ ਤੇ ਜਿਹੜੀ ਕਲਾਸੇ ਹੁੰਦੀ ਹੈ ਜੀ ਥੱਲੇ ਨੂੰ ਆਉਂਦੀ ਜਾਂਦੀ ਹੈ ਇਸ ਤੋਂ ਬਾਅਦ ਇੱਕ ਹੋਰ ਚੀਜ਼ ਹੁੰਦੀ ਹੈ ਕਿ ਜੇ ਤੁਸੀਂ ਗੱਡੀ ਸੜਕ ਦੇ ਉੱਤੇ ਖੜੀ ਕਰ ਦਿਓ ਜੋ ਤੁਸੀਂ ਪ੍ਰਵੰਤੀ ਉਹ ਬਣਾਉਣਾ ਤੇ ਇਸ ਚੀਜ਼ ਦਾ ਵੀ ਖਿਆਲ ਰੱਖਣਾ ਹੈ ਜੇ ਤੁਸੀਂ ਗੱਡੀ ਸੜਕ ਦੇ ਉੱਤੇ ਖੜੀ ਕਰ ਦਿਓ ਤੇ ਉਹਦਾ ਵੀ ਜਿਹੜਾ ਇੰਸ਼ੋਰੈਂਸ ਚਾਨੂੰ ਜ਼ਿਆਦਾ ਪਵੇਗਾ ਉਸ ਤੋਂ ਬਾਅਦ ਜੇ ਤੁਹਾਡੇ ਘਰ ਦੇ ਵਿੱਚ ਕੋਈ ਬੱਚਾ ਛੋਟਾ ਹੈ 18 ਸਾਲ ਤੋਂ ਘੱਟ ਹੈ ਜਾਂ ਵੱਧ ਹੈ ਕਿਉਂਕਿ ਕੰਪਨੀ ਨੂੰ ਪਤਾ ਹੁੰਦਾ ਹੈ ਕਿ 18 ਸਾਲ ਦੇ ਆਸ-ਪਾਸ ਅਗਰ ਕੋਈ ਬੱਚਾ ਹੈ ਤਾਂ ਉਹ ਗੱਡੀ ਵੀ ਚਲਾ ਸਕਦਾ ਹੈ ਗਲਤੀ ਦੇ ਨਾਲ ਵੀ ਤੇ ਉਸਾਲਾਤ ਵਿੱਚ ਵੀ ਥੋੜਾ ਜਿਆ ਰੇਟ ਵੱਧ ਲੱਗਦਾ ਹੈ ਜੇ ਘਰ ਦੇ ਵਿੱਚ ਕਿਸੇ ਨੇ ਤੁਹਾਡੇ ਕਿਸੇ ਬੱਚੇ ਨੇ ਨਾਮਾ ਪਤਨ ਤੇ ਕੀਤਾ ਹੈ ਤੇ ਅਜੇ ਤੱਕ ਉਸ ਨੂੰ ਜਿਹੜੇ 2 ਸਾਲ ਵੀ ਨਹੀਂ ਹੋਏ ਤੇ ਉਹ ਵੀ ਅਗਰ ਤੁਸੀਂ ਡਿਕਲੇਅਰ ਕਰਦੇ ਹੋ ਤੇ ਉਹਦੇ ਵਾਸਤੇ ਜਿਹੜਾ ਰੇਟ ਵੱਧ ਲੱਗਦਾ ਹੈ ਬਾਕੀ ਗੁਜਦਾ ਲਿਬਰਾ ਹੁੰਦਾ ਹੈ ਜੀ ਗੁਜਦਾ ਸਪੀਰਤ ਹੁੰਦਾ ਹੈ ਇਹਦੇ ਵਿੱਚ ਵੀ ਹੁੰਦਾ ਹੈ ਕਿ ਜੇ ਤੁਸੀਂ ਟ੍ਰੇਨਡ ਹੋ ਜਾਂ ਤੁਸੀਂ ਜਿਹੜਾ ਨਾਰਮਲ ਜਿਹਾ ਗੱਡੀ ਚਲਾ ਰਹੇ ਹੋ ਉਹਦੇ ਵਿੱਚ ਵੀ ਜਿਹੜੇ ਰੇਟ ਦਾ ਫਰਕ ਪੈਂਦਾ ਹੈ ਸੋ ਇਸ ਤਰ੍ਹਾਂ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਡਿਪੈਂਡ ਕਰਦੀਆਂ ਹਨ ਅਗਰ ਤੁਸੀਂ ਇਹਨਾਂ ਦੇ ਉੱਤੇ ਧਿਆਨ ਦਿੰਦੇ ਹੋ ਤੇ ਜਿਹੜੀ ਇੰਸ਼ੋਰੈਂਸ ਤੁਹਾਡੀ ਹੈ ਉਹ ਘਟ ਸਕਦੀ ਹੈ ਇਹ ਕੁਝ ਤਰੀਕੇ ਹਨ ਜਿਨ੍ਹਾਂ ਦੇ ਨਾਲ ਤੁਸੀਂ ਇੰਸ਼ੋਰੈਂਸ ਜਿਹੜੀ ਆਪਣੀ ਗੱਡੀ ਦੀ ਇੰਸ਼ੋਰੈਂਸ ਨੂੰ ਘਟਾ ਸਕਦੇ ਹੋ ਬਾਕੀ ਜਦੋਂ ਮੋਬਾਈਲ ਫੋਨ ਸਟਾਰਟ ਹੋਏ ਸਨ ਕੁਝ ਸਮਾਂ ਪਹਿਲਾਂ ਤੁਸੀਂ ਦੇਖਿਆ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਦਾ ਵਿਰੋਧ ਕਰ ਰਹੇ ਹਨ ਸਕੂਲਾਂ ਦੇ ਵਿੱਚ ਨਹੀਂ ਜਾ ਸਕਦੇ ਫੋਨ ਕਲਾਸਾਂ ਦੇ ਵਿੱਚ ਬੱਚਿਆਂ ਨੂੰ ਯਾਜਤ ਨਹੀਂ ਸੀ ਹੌਲੀ-ਹੌਲੀ ਤੁਸੀਂ ਦੇਖਿਆ ਕਿ ਜਿਹੜੇ ਕੰਮ ਸਨ ਇਹ ਹੌਲੀ-ਹੌਲੀ ਇੱਕ ਤਰ੍ਹਾਂ ਦੇ ਨਾਲ ਖਤਮ ਹੋ ਗਏ ਬੱਚੇ ਕਲਾਸਾਂ ਦੇ ਵਿੱਚ ਫੋਨ ਵੀ ਲੈ ਕੇ ਜਾਣ ਲੱਗੇ ਟੀਚਰਾਂ ਦੀਆਂ ਜੇਬਾਂ ਦੇ ਵਿੱਚ ਵੀ ਫੋਨ ਹੁੰਦੇ ਸਨ ਹਰ ਜਗ੍ਹਾ ਦੇ ਉੱਤੇ ਜਿਹੜਾ ਤੁਹਾਡਾ ਫੋਨ ਤਕਰੀਬਨ ਪਹੁੰਚ ਚੁੱਕਾ ਸੀ ਹੁਣ ਆਸਟ੍ਰੇਲੀਆ ਦੇ ਵਿੱਚੋਂ ਇੱਕ ਨਵੀਂ ਜਿਹੜੀ ਖ਼ਬਰ ਆਈ ਉੱਥੇ ਇੱਕ ਪਬਲਿਕ ਜਿਹੜੇ ਹਾਈ ਸਕੂਲ ਹਨ ਉਹਨਾਂ ਨੂੰ ਵੀ ਦੱਸਿਆ ਗਿਆ ਕਿ ਕੱਲ ਤੋਂ ਮਤਲਬ ਕਿ ਕੱਲ ਤੋਂ ਜਿਹੜੇ ਉੱਥੇ ਮੋਬਾਈਲ ਫੋਨ ਹਨ ਇਹਨਾਂ ਦੀ ਜਿਹੜੀ ਵਰਤੋਂ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਹੈ ਸਕੂਲਾਂ ਦੇ ਵਿੱਚ ਜਿਹੜਾ ਸਰਕਾਰ ਦਾ ਆਦੇਸ਼ ਆਇਆ ਉਹਦੇ ਵਿੱਚ ਦੱਸਿਆ ਗਿਆ ਕਿ ਬੱਚਿਆਂ ਨੂੰ ਕਿਸੇ ਵੀ ਕਲਾਸਰੂਮ ਦੇ ਵਿੱਚ ਜਿਹੜੀ ਫੋਨ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਤੁ ਜੇਦੋ ਛੁੱਟੀ ਹੋਵੇਗੀ ਤੇ ਦੁਪਹਿਰ ਦਾ ਖਾਣਾ ਜਿਸ ਟੇਮ ਖਾਣਗੇ ਉਸ ਟੇਮ ਵੀ ਜਿਹੜੀ ਉਹ ਫੋਨ ਦੀ ਵਰਤੋਂ ਨਹੀਂ ਕਰ ਸਕਦੇ ਦੱਸਿਆ ਗਿਆ ਕਿ ਵਿਦਿਆਰਥੀਆਂ ਨੂੰ ਜਿਹੜੇ ਉਹਨਾਂ ਦੇ ਕੋਲ ਫੋਨ ਹੋਣਗੇ ਇਹਨਾਂ ਨੂੰ ਲਾਕਰਾਂ ਦੇ ਵਿੱਚ ਰੱਖਣਾ ਪਵੇਗਾ ਜਾਂ ਜਿਹੜੇ ਪੌਚ ਹੁੰਦੇ ਹਨ ਉਹਨਾਂ ਦੇ ਵਿੱਚ ਰੱਖਣਾ ਪਵੇਗਾ ਪਰੰਤ ਤੁਸੀਂ ਖੁਦ ਦੇਖੋਗੇ ਕਿ ਹੁਣ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਕਾਨੂੰਨਾਂ ਜਿਆਦਾ ਨਹੀਂ ਚੱਲ ਸਕਦੇ ਕਿਉਂਕਿ ਫੋਨ ਇੱਕ ਬਹੁਤ ਜ਼ਿਆਦਾ ਜ਼ਰੂਰਤ ਬਣ ਚੁੱਕਾ ਹੈ ਤੇ ਜਿਹੜੇ ਲੋਕੇ ਨਾ ਉੱਤੇ ਪਹੁੰਚਦੀਆਂ ਲਾਉਂਦੇ ਨੇ ਇਸ ਤਰ੍ਹਾਂ ਦੇ ਕਾਨੂੰਨ ਬਣਾਉਂਦੇ ਨੇ ਉਹ ਖੁਦ ਵੀ ਜਿਹੜੀ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰ ਪਾਉਂਦੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ